ਸੁਣਿਓ ਜੀ ਧੀਆਂ ਦੀ ਗੱਲ। ਧੀਆਂ ਦੇ ਦੋ ਰੂਪ ਨੇ, ਮੇਰੀਆਂ ਧੀਆਂ ਬੈਠੀਆਂ, ਕਿਉਂਕਿ ਉਦੋਂ ਤਾਂ ਮੈਂ ਗੀਤ ਇਹਨਾਂ ਦਾ ਨਹੀਂ ਗਾਇਆ ਤੇ ਦੋ ਗੀਤਾਂ ਧੀਆਂ ਤੋਂ ਬਾਅਦ ਇੱਕ ਇਹੋ ਜਿਹਾ ਲੋਕ ਤੱਥ ਲੈ ਕੇ ਆ ਰਿਹਾ, ਕੰਨ ਖੜੇ ਕਰ ਦੂ। ਓਹੋ ਇਹ ਵੀ ਗੱਲਾਂ ਹੈਗੀਆਂ, ਇਹ ਹੋ ਸਕਦਾ ਉਹ ਲੋਕ ਤੱਥ। ਤੇ ਉਹ ਤੋਂ ਬਾਅਦ ਇੱਕ ਮੇਰਾ ਮਿਰਜ਼ਾ ਨਵਾਂ ਰਿਕਾਰਡ ਹੋ ਗਿਆ, ਜਿਹੜਾ ਮੈਂ ਮਿਰਜ਼ਾ ਗਾਇਆ ਇੱਕ ਤਾਂ ਪਹਿਲਾਂ ਗਾਇਆ, ਤੁਸੀਂ ਬੜਾ ਪਿਆਰ ਦਿੱਤਾ, ਧੱਕੇ ਖਾ ਖਾ ਤੈਨੂੰ ਪਾਲਿਆ, ਗੀਤ ਨੂੰ ਬੜਾ ਸਰਪੰਚੀ ਗੀਤ ਨੂੰ ਬੜਾ ਪਿਆਰ। ਤੇ ਜਿਹੜਾ ਆਹ ਮਿਰਜ਼ਾ ਮੈਂ ਗਾਊਂਗਾ, ਨਵੀਆਂ ਗੱਲਾਂ ਜਿਹੜੀਆਂ ਉਹ ਮਿਰਜ਼ੇ 'ਚ ਗਾਉਣ ਵਾਲੀਆਂ ਰਹਿ ਗਈਆਂ 'ਚ ਗਾਈਆਂ। ਸੁਣਿਓ ਧੀਆਂ ਦੀ ਗੱਲ, ਧੀਆਂ ਦੇ ਦੋ ਰੂਪ ਹੁੰਦੇ ਆ, ਇੱਕ ਸਾਡੀ ਉਹ ਧੀ ਜਿਹੜੀ ਸਾਡੀ ਇੱਜ਼ਤ ਨੂੰ ਛੱਡ ਕੇ ਚਲੀ ਜਾਂਦੀ ਪੈਰਾਂ 'ਚ ਰੋੜ ਕੇ ਸਾਡੇ ਸ਼ਮਲੇ ਨੂੰ। ਸ਼ਮਲਾ ਕਿਹਨੂੰ ਕਹਿੰਦੇ ਆ? ਤੁਰਲੇ ਨੂੰ। ਇਹ ਸ਼ਮਲਾ ਇਹਨੂੰ ਰੋਲ ਕੇ ਪੈਰਾਂ 'ਚ ਚਲੀਆਂ ਜਾਂਦੀਆਂ, ਕੋਟ ਮੈਰਜਾਂ ਲਾ ਮੈਰਜਾਂ ਕਰਵਾਉਂਦੀਆਂ, ਉਹ ਸਾਡੀਆਂ ਚੰਗੀਆਂ ਧੀਆਂ ਨਹੀਂ। ਧੀ ਦਾ ਦੂਜਾ ਰੂਪ, ਉਹ ਜਦੋਂ ਗੀਤ ਸ਼ੁਰੂ ਕਰੂੰਗਾ ਦੱਸੂਗਾ ਉਹ ਰੂਪ ਕਿਹੜਾ। ਪਹਿਲਾਂ ਸੁਣਿਓ, ਸਾਡੀ ਧੀ ਨੇ ਇੱਕ ਮੁੰਡੇ ਨੂੰ ਪਸੰਦ ਕਰ ਲਿਆ, ਚਲੀ ਗਈ ਤੇ ਮਾਂ ਪਿਓ ਨੂੰ ਕਹਿੰਦੀ ਉਹਦੇ ਨੇ ਵਿਆਹ ਕਰਾਉ। ਭਰਾਵਾਂ ਨੇ ਸਮਝਾਇਆ, ਭੈਣਾਂ ਨੇ, ਮਾਂ ਨੇ, ਪਿਓ ਨੇ ਸਮਝਾਇਆ, ਆਂਦੀ ਨਾ ਅੜ ਗਈ। ਮੇਰੀਆਂ ਧੀਆਂ ਬੈਠਾ, ਮੈਂ ਬੇਨਤੀ ਕਰਨ ਲੱਗਾ ਕਿ ਸੋਹਣ ਪੁਣਾ ਨਾ ਵੇਖਿਆ ਕਰੋ ਮੁੰਡੇ ਦਾ, ਕਿ ਬੜਾ ਸੋਹਣਾ, ਮੈਂ ਤਾਂ ਵਿਆਹ ਕਰਾਉਣਾ। ਪਹਿਲੋਂ ਵੇਖੋ ਵੀ ਉਹਦਾ ਪਿਓ ਕਿੱਦਾਂ ਦਾ, ਉਹਦੀ ਮਾਂ ਕਿੱਦਾਂ ਦੀ, ਉਹਦੀਆਂ ਭੈਣਾਂ ਕਿੱਦਾਂ ਦੀਆਂ, ਭਰਜਾਈਆਂ ਕਿੱਦਾਂ ਦੀਆਂ, ਦਿਓਰ ਉਹਦੇ ਭਰਾ ਕਿੱਦਾਂ ਦੇ, ਬੱਚੇ ਕਾਂ ਕਿੱਦਾਂ ਦੇ ਆ। ਫਿਰ ਉੱਥੇ ਜਾ ਕੇ ਇਹਨੇ ਤੇ ਤੰਗ ਹੋਏਗੀ ਤੇ ਹੋਣ ਰਹੀ ਵੀਰਾਂ ਤੋਂ, ਪਿਓ ਤੋਂ, ਮਾਂ ਤੋਂ ਬੇਜੋਰੀ ਹੋ ਕੇ ਲਾ ਮੈਰਿਜ ਕਰਵਾ ਲਈ ਤੇ ਉੱਥੇ ਚਲੀ ਗਈ ਤੇ ਜੋ ਉਹਨਾਂ ਨੇ ਕਿਹਾ ਪਰਿਵਾਰ ਨੇ ਉਹ ਕੁਝ ਉੱਥੇ ਹੋਣ ਡਿਆ। ਤੇ ਮੁੜ ਕੇ ਬਾਬਲ ਨੂੰ ਚਿੱਠੀ ਲਿਖਦੀ, ਬਾਬਲਾ ਮੈਂ ਤੇਰੀ ਵਿਚਾਰੀ ਧੀ ਆ, ਮੈਨੂੰ ਲੈ ਜਾ। ਵਿਚਾਰੀ ਕਿਉਂ? ਇਹ ਜੋ ਸਾਡੀ ਧੀ ਨਿੱਕੀ ਜਿਹੀ ਹੁੰਦੀ ਆ ਨਾ, ਆਪਾਂ ਨੂੰ ਕਹਿੰਦੇ ਆਹ ਮੇਰੀ ਵਿਚਾਰੀ ਜੀ ਧੀ ਆ, ਬੜੀ ਭੋਲੀ ਜੀ ਧੀ ਆ, ਐਂ ਪਟੋਕੀਆਂ ਮਾਰਦੇ ਇੱਦਾਂ। ਉਹੀ ਦਿਮਾਗ 'ਚ ਗੱਲ ਲੈ ਕੇ ਬੈਠੀ, ਮੈਂ ਤੇਰੀ ਵਿਚਾਰੀ ਧੀ, ਪਰ ਵਿਚਾਰੀ ਕਾਹਦੀ ਰਹਿ ਗਈ, ਸਾਡੀ ਪੱਗ ਨੂੰ ਰੋਲ ਕੇ ਚਲੀ ਗਈ। ਫਿਰ ਵੀ ਲਿਖਦੀ ਆ ਮੈਂ ਵਿਚਾਰੀ ਆ। ਸੁਣਿਓ ਕੀ ਕਹਿੰਦੀ, ਹੱਲਾ ਮੈਰਿਜ ਮੈਂ ਕਰ ਲਈ, ਹੱਲਾ ਮੈਰਿਜ ਮੈਂ ਕਰ ਲਈ, ਲਾ ਮੈਰਿਜ ਮੈਂ ਕਰ ਲਈ ਰੋਡ ਤੇਰੀ ਸਰਦਾਰੀ ਨੂੰ, ਦਿਨ ਤਸੀਏ ਸੌਰੇ ਬਾਬਲਾ ਵੇ ਧੀ ਵਿਚਾਰੀ ਨੂੰ, ਦਿਨ ਤਸੀਏ ਸੌਰੇ ਬਾਬਲਾ ਵੇ ਧੀ ਵਿਚਾਰੀ ਨੂੰ। ਹਾਏ ਸਾਰੀ ਉਮਰਾਂ ਕਹਿੰਦਾ ਸੀ ਸ਼ਾਂ ਕਰੂੰਗਾ ਲਿਖਦੀ ਆ ਇਹ ਬਾਬਲਾ, ਮੈਂ ਜਿਹਦੇ ਨਾਲ ਵਿਆਹ ਕਰਾਇਆ ਨਾ ਉਹ ਪਹਿਲਾਂ ਕਹਿੰਦਾ ਸੀ ਤਲੀਆਂ ਦੀ ਛਾਂ ਹੇਠਾਂ ਰੱਖੂ ਤੈਨੂੰ, ਤੇ ਕੀ ਕਰਦਾ ਵੇਖ। ਅਏ ਸਾਰੀ ਉਮਰਾਂ ਕਹਿੰਦਾ ਸੀ ਛਾਂ ਕਰੂੰਗਾ ਤਲੀਆਂ ਦੀ, ਆ ਵੇਖ ਆਣ ਕੇ ਬਾਬਲਾ ਵੇ ਕੱਖ ਕਰਦਾ ਗਲੀਆਂ ਦੀ, ਸਾਰੀ ਉਮਰਾਂ ਕਹਿੰਦਾ ਸੀ ਛਾਂ ਕਰੂੰਗਾ ਤਲੀਆਂ ਦੀ, ਆ ਵੇਖ ਆਣ ਕੇ ਬਾਬਲਾ ਵੇ ਕੱਖ ਕਰਤਾ ਗਲੀਆਂ ਦੀ, ਮੈਨੂੰ ਧਰਤੀ ਉੱਤੇ ਸਵਾਉਂਦੇ, ਮੈਨੂੰ ਧਰਤੀ ਉੱਤੇ ਸਵਾਉਂਦੇ ਵੇ ਤੇਰੀ ਰਾਜ ਕੁਮਾਰੀ ਨੂੰ, ਵਿੱਚ ਇਸ਼ਕ ਦੇ ਅੰਨੀ ਮੰਨ ਗਈ ਕਿ ਜੋ ਤੁਸੀਂ ਕਹਿੰਦੇ ਠੀਕ ਆ। ਮੈਂ ਵਿੱਚ ਇਸ਼ਕ ਦੇ ਅੰਨੀ ਸਾਰੇ ਰਿਸ਼ਤੇ ਤੋੜ ਗਈ, ਮਾਰੇ ਗਈ ਤਰਲੇ ਪਾਉਂਦੀ ਭੈਣਾਂ ਤੋਂ ਮੁੱਖ ਮੋੜ ਗਈ, ਮੈਂ ਵਿੱਚ ਇਸ਼ਕ ਦੇ ਅੰਨੀ ਸਾਰੇ ਰਿਸ਼ਤੇ ਤੋੜ ਗਈ, ਮਾਰੇ ਗਈ ਤਰਲੇ ਪਾਉਂਦੀ ਭੈਣਾਂ ਤੋਂ ਮੁੱਖ ਮੋੜ ਗਈ, ਨਾ ਗੱਲ ਵੀਰਾਂ ਦੀ ਮੰਨੀ,
ਨਾ ਗੱਲ ਵੀਰਾਂ ਦੀ ਮੰਨੀ ਤੁਰ ਗਈ ਮਾਰ ਅਡਾਰੀ ਨੂੰ ਦਿਨ ਤਸੀਏ ਸਾਰੇ ਬਾਬੜਾਵੇ ਦੀ ਵਚਾਰੀ ਨੂੰ ਦਿਨ ਤਸੀਏ ਸਾਰੇ ਬਾਬੜਾਵੇ ਦੀ ਵਚਾਰੀ ਨੂੰ ਨਾ ਰੋਟੀ ਨਾ ਕੱਪੜਾ ਕਹਿੰਦੇ ਨਿਕਲ ਕੇ ਆਈ ਆ ਉਹ ਪਹਿਲਾਂ ਕਹਿੰਦਾ ਕੁਝ ਨੀ ਲੈਣਾ ਮੁੜੇ ਅਮੀਰ ਆਪਾਂ ਕੁਝ ਨੀ ਚਾਹੀਦਾ ਤੂੰ ਚਾਹੀਦੀ ਮੇਰੀ ਜਾਨ ਤੇ ਘਰ ਭੁੱਖ ਨੰਗ ਬੋਹ ਕੇ ਡਿਓੜੀ ਪੱਲੇ ਕੁਝ ਵੀ ਨਹੀਂ ਫਿਰ ਰੱਖਦੀ ਨਾ ਰੋਟੀ ਨਾ ਕੱਪੜਾ ਕਹਿੰਦੇ ਨਿਕਲ ਕੇ ਆਈ ਆ ਮੈਨੂੰ ਪਿੰਡ ਕੋਟਲੇ ਲੈ ਜਾ ਬਾਬਲਾ ਵੇ ਰੋਟੀ ਨਾ ਕੱਪੜਾ ਕਹਿੰਦੇ ਨਿਕਲ ਕੇ ਆਈ ਆ ਮੈਨੂੰ ਪਿੰਡ ਕੋਟਲੇ ਲੈ ਜਾ ਬਾਬਲਾ ਵੇ ਧੀ ਕਰ ਲਾਈ ਆ ਮੈਨੂੰ ਮਾਫ ਨਰਿੰਦਰਾ ਕਰਦੀ ਮੈਨੂੰ ਮਾਫ ਨਰਿੰਦਰਾ ਕਰਦੀ ਵੇ ਮੇਰੀ ਹੁਸ਼ਿਆਰੀ ਨੂੰ ਦੂਜਾ ਰੂਪ ਸਾਡੀ ਚੰਗੀ ਧੀ ਉਹਨੇ ਇੱਜ਼ਤਦਾਰ ਮਾਪਿਆਂ ਦੇ ਘਰ ਜਨਮ ਲਿਆ ਜਵਾਨੀ ਦੇ ਦਹਲੀਜ਼ਾਂ ਦੇ ਪੈਰ ਰੱਖਿਆ ਉਹ ਪੜ੍ਹੀ ਉਹਨੇ ਕੋਰਸ ਕੀਤੇ ਉਹਨੇ ਨੌਕਰੀ ਕੀਤੀ ਜਦੋਂ ਪੜ੍ਹਨ ਜਾਂਦੀ ਆ ਕੋਰਸ ਕਰਨ ਜਾਂਦੀ ਨੌਕਰੀ ਕਰਨ ਜਾਂਦੀ ਆ ਤੇ ਕਿੱਦਾਂ ਤੁਰਦੀ ਆ ਆਪਣੇ ਪੈਰਾਂ ਨਾਲ ਵੇਖ ਕੇ ਜਿੰਨੇ ਮਰਜ਼ੀ ਕੁੱਤੇ ਸਾਈਡ ਤੇ ਭੌਂਕਣ ਡੇ ਉਹ ਨਹੀਂ ਪੈਂਦੀ ਨਾ ਏਦਾਂ ਉਹ ਵਾ ਸਾਡੀ ਇੱਜ਼ਤ ਦਾ ਧੀ ਸਾਡੇ ਇੱਜ਼ਤਦਾਰ ਮਾਪਿਆਂ ਦੇ ਘਰ ਜਨਮ ਲਿਆ ਜਵਾਨੀ ਦਾ ਲਹਿਦੀਦਾਂ ਦੇ ਪੈਰ ਰੱਖਿਆ ਉਹਦਾ ਵਿਆਹ ਕੀਤਾ ਸਾਡੀ ਇੱਜ਼ਤ ਨੂੰ ਲੈ ਕੇ ਸਹੁਰੇ ਘਰ ਗਈ ਸਾਡੀ ਇੱਜ਼ਤ ਨੂੰ ਸਹੁਰਿਆਂ ਦੀ ਇੱਜ਼ਤ ਨੂੰ ਸਮੇਟ ਕੇ ਰੱਖਿਆ ਸਾਰੀ ਉਮਰ ਤੇ ਉਸੇ ਇੱਜ਼ਤ ਨੂੰ ਲੈ ਕੇ ਕਿੱਥੇ ਗਈ ਅੰਤਮ ਸਥਾਨ ਤੇ ਮੜੀਆਂ ਕਬਰਾਂ ਵਿੱਚ ਉਹ ਸਾਡੀ ਧੀ ਧੀ ਨੇ ਜਨਮ ਲਿਆ ਤੇ ਜਦੋਂ ਜਵਾਨ ਨਹਾਉਣ ਡਈ ਤੇ ਬਾਬਲ ਨੂੰ ਫਿਕਰ ਲੱਗ ਗਿਆ ਕਿ ਕਿੱਦਾਂ ਵਿਆਹੂ ਕਿੱਦਾਂ ਜਾਇਦਾਦ ਦਊ ਧੀ ਨੇ ਚਿਹਰਾ ਪੜ ਲਿਆ ਪਿਓ ਦਾ ਕਹਿੰਦੀ ਬਾਬਲਾ ਮੈਂ ਜਨਮ ਲਿਆ ਤੇਰੇ ਘਰ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜਿਹੜੇ ਪਰਮੇਸ਼ਰ ਨੇ ਮੈਨੂੰ ਪੈਦਾ ਕੀਤਾ ਉਹਨੇ ਜੋ ਚਾਹੀਦਾ ਦੇ ਦੇਣਾ ਨਾ ਫਿਕਰ ਕਰ ਆਪਣੇ ਬਾਬਲ ਨੂੰ ਹੌਸਲਾ ਦੇ ਰਹੀ ਹੈ ਕੀ ਕਹਿ ਰਹੀ ਆ ਜਦ ਦੀ ਤੇਰੀ ਧੀ ਹੋ ਗਈ ਮੁਟਿਆਰ ਬਾਬਲਾ ਵੇ ਸੋਚਿਆ ਸੋਚ ਨਾ ਹੋਈਏ ਬਾਣੀ ਨਿਤ ਪੜਦਾ
ਅਸੀਂ ਚਿੜੀਆਂ ਨੇ ਉੱਡ ਜਾਣਾ ਫਿਕਰ ਤੂੰ ਕਿਉਂ ਕਰਦਾ ਸੋਚਿਆ ਸੋਚ ਨਾ ਹੋਇਆ ਬਾਣੀ ਨਿਤ ਪੜਦਾ ਅਸੀਂ ਚਿੜੀਆਂ ਨੇ ਉੱਡ ਜਾਣਾ ਫਿਕਰ ਤੂੰ ਕਿਉਂ ਕਰਦਾ ਸਾਡੇ ਬੜੇ ਪਿਆਰੇ ਗਾਇਕ ਆ ਜੀ, ਬੜੇ ਹੀ ਦੇਣ ਆ ਜੀ ਪੰਜਾਬੀ ਲੋਕ ਗਾਇਕੀ ਨੂੰ, ਪੰਜਾਬ ਨੂੰ, ਬਾਹਰ ਦੇ ਮੁਲਕਾਂ ਤੱਕ ਜਿੱਥੇ ਜਿੱਥੇ ਪੰਜਾਬੀ ਬੈਠੇ ਉਹਨਾਂ ਦੇ ਬੜੇ ਹੀ ਗੀਤ ਰਿਕਾਰਡ ਹੋਏ ਤੇ ਇਹ ਉਹਨਾਂ ਦਾ ਲਿਖਿਆ। ਬਲਬੀਰ ਲਹਿਰਾ ਜੀ ਸਾਡੇ ਵੀਰ ਵੱਡੇ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਸੈਟਲ ਆ, ਇਹ ਉਹਨਾਂ ਦਾ ਗੀਤ ਲਿਖਿਆ ਜੀ, ਸੁਣਿਓ। ਜੰਮੇ ਸਿਰ ਸੌਕੜਾ ਪੈ ਜਾਂਦਾ ਪਾਣੀ ਦਾ ਇਹਦੇ ਵਿੱਚ ਕੀ ਦੋਸ਼ ਲਹਿਰਿਆ ਮੈਂ ਮਰ ਜਾਣੀ ਦਾ ਤੀ ਜੰਮੇ ਸਿਰ ਸੌਕੜਾ ਪੈ ਜਾਂਦਾ ਪਾਣੀ ਦਾ ਇਹਦੇ ਵਿੱਚ ਕੀ ਦੋਸ਼